ਸਤਿ ਸ੍ਰੀ ਅਕਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਹਾਜ਼ਰ ਹਾਂ ਇਸ ਸਮੇਂ ਦੇ ਪੰਜਾਬੀ ਬੁਲੇਟਿਨ ਪੰਜਾਬ ਕੀ ਬਾਤ ਦੇ ਨਾਲ ਪੰਜਾਬ ਕੀ ਬਾਤ ਦੇ ਵਿੱਚ ਪੰਜਾਬ ਦੀ ਹਰ ਖਬਰ ਨੂੰ ਦੇ ਨਾਲ ਤੁਹਾਨੂੰ ਅਪਡੇਟ ਕਰਾਂਗੇ ਸਭ ਤੋਂ ਪਹਿਲਾਂ ਗੱਲ ਨਾਭਾ ਜੇਲ੍ਹ ਬ੍ਰੇਕ ਮਾਮਲੇ ਦੀ ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗੁਰਪ੍ਰੀਤ ਸਿੰਘ ਸੇਖੋਂ ਮਨਵੀਰ ਸੇਖਾਂ ਉਰਫ ਮਨੀ ਰਾਜਵਿੰਦਰ ਸਿੰਘ ਸੁਲਤਾਨ ਕੁਲਵਿੰਦਰ ਸਿੰਘ ਸ਼ੀਰਾ ਅਤੇ ਪੰਜਾਬ ਗਨ ਹਾਊਸ ਦੇ ਮਾਲਿਕ ਕਿਰਨਪਾਲ ਸਿੰਘ ਅਤੇ ਨੀਟਾ ਦਿਓਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੇ ਵੱਲੋਂ ਮੁਲਜ਼ਮਾਂ ਦਾ 10 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਜਿਸਦਾ ਮੁਲਜ਼ਮਾਂ ਦੇ ਵਕੀਲ ਦੇ ਵੱਲੋਂ ਵਿਰੋਧ ਕੀਤਾ ਗਿਆ ਦੋਵੇਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 7 ਮਾਰਚ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇਹ ਵੀ ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਚੋਂ ਫਰਾਰ ਹੋਏ 3 ਕੈਦੀ ਗੈਂਗਸਟਰ ਵਿੱਕੀ ਗੌਂਡਰ ਅਮਨਦੀਪ ਸਿੰਘ ਟੋਟੀਆ ਅਤੇ ਦਹਿਸ਼ਤਗਰਦ ਕਸ਼ਮੀਰ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ 3 ਕੈਦੀ ਹੁਣ ਤੱਕ ਕਾਬੂ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਹਰਮਿੰਦਰ ਸਿੰਘ ਮਿੰਟੂ ਜੋ ਕਿ ਕੇ ਐਲ ਐਫ ਦੇ ਨਾਲ ਜੁੜਿਆ ਹੋਇਆ ਦਹਿਸ਼ਤਗਰਦ ਹੈ ਉਸਨੂੰ 27 ਨਵੰਬਰ ਨੂੰ ਹੀ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ ਸੀ ਜਦੋਂ ਕਿ ਉਸ ਤੋਂ ਬਾਅਦ ਨੀਟਾ ਦਿਓਲ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਹੋਈ ਗੁਰਪ੍ਰੀਤ ਸਿੰਘ ਸੇਖੋਂ ਪੁਲਿਸ ਰਿਮਾਂਡ ਉੱਤੇ ਸੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ 10 ਦਿਨ ਦਾ ਹੋਰ ਰਿਮਾਂਡ ਮੰਗਿਆ ਪਰ ਇਸ ਵਿਚਾਲੇ ਸੇਖੋਂ ਅਤੇ ਨੀਟਾ ਦਿਓਲ ਨੂੰ 7 ਮਾਰਚ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਅਦਾਲਤ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਟੋਟਲ 6 ਜਿਹੜੇ ਮੁਲਜ਼ਮ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੂੰ ਅਦਾਲਤ ਨੇ 7 ਮਾਰਚ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇੰਕਲੂਡਿੰਗ ਗੁਰਪ੍ਰੀਤ ਸੇਖੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਅੱਜ ਫਿਰ ਪੁਲਿਸ ਰਿਮਾਂਡ ਦੀ ਰਿਕੁਐਸਟ ਕੀਤੀ ਗਈ ਔਰ ਅਦਾਲਤ ਦੇ ਮੂਹਰੇ ਸਾਡਾ ਇੱਕੋ ਹੀ ਆਰਗੂਮੈਂਟ ਇਹ ਸੀਗਾ ਕਿ ਪਿਛਲੇ 10 ਦਿਨਾਂ ਤੋਂ 240 ਘੰਟਿਆਂ ਤੋਂ ਪੁਲਿਸ ਕਸਟਡੀ 'ਚ ਨੇ ਇੱਕ ਵੀ ਚੀਜ਼ ਰਿਕਵਰ ਨਹੀਂ ਕੀਤੀ ਕੋਈ ਇੰਪਰੂਵਮੈਂਟ ਸ਼ੋਅ ਨਹੀਂ ਕੀਤੀ ਇੱਕ ਨੋਟ ਈਵਨ ਅ ਸਿੰਗਲ ਐਸਪੈਕਟ ਹੈਜ਼ ਬਿਨ ਰਿਕਵਰਡ ਫਰੋਮ ਦੈਮ ਅਦਾਲਤ ਨੇ ਸਾਡੀ ਰਿਕੁਐਸਟ ਮੰਨ ਕੇ ਪੁਲਿਸ ਰਿਮਾਂਡ ਦੀ ਜਿਹੜੀ ਰਿਕੁਐਸਟ ਸੀ ਡੈਕਲਾਈਨ ਕਰਕੇ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ 7 ਮਾਰਚ ਤੱਕ ਭੇਜਦਾ ਅਸੀਂ ਪੁਲਿਸ ਰਿਮਾਂਡ ਮੰਗਿਆ ਸੀਗਾ ਪਰ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਪਿਛਲੇ ਰਿਮਾਂਡ ਦੌਰਾਨ ਅਸੀਂ ਇੱਕ ਸਕੋਰਪੀਓ ਗੱਡੀ ਇਹਨਾਂ ਤੋਂ ਰਿਕਵਰ ਕਰਵਾਈ ਹੈ ਅਤੇ ਇਸ ਤੋਂ ਇਲਾਵਾ ਜਿਹੜਾ ਜੇਲ੍ਹ ਬ੍ਰੇਕ ਦੇ ਦੌਰਾਨ ਬਾਹਰੋਂ ਪੈਸੇ ਭੇਜੇ ਗਏ ਸੀ ਉਹ ਬੈਂਕ ਅਕਾਊਂਟ ਦੇ ਬਾਰੇ ਪਤਾ ਕਰਵਾਇਆ